ਭਾਈ ਮੇਰੀ ਕਲਮ ਸੁਣੀ ਤੂੰ ਕਲਮ ਵੀਰੇ ਅਸੀਂ ਖਾਨਦਾਨੇ ਸ਼ਾਇਰ ਹਾਂ ਸਾਨੂੰ ਕਲਮਾ ਕੀ ਸੁਣਾਏਗਾ ਤੂੰ ਆ ਆ ਕਿਵੇਂ ਲੱਗਣਾ ਹੈ ਆਹ ਹਰਾ ਜਗ ਜਿੰਦਾ ਕਿਦਰ ਬੰਦ ਤਾਂ ਨਹੀਂ ਇਹ ਲਾਲ ਜਿਵੇਂ ਮਰਜੀ ਅੱਛਾ ਇਹ ਕਲਮ ਦੇ ਬੰਬ ਪਾਏ ਦੇ ਵਿੱਚ ਬਰੂਦ ਪਾਇਆ ਬਰੂਦ ਤਰਾ ਵੱਡੂ ਤੇਰੇ ਅੰਦਰ ਮੇਰੀ ਕਲਮ ਅੱਛਾ ਕਹਿੰਦਾ ਤਮਾਕੂ ਵਿੱਚ ਮਿਲਾ ਕੇ ਖੀਰਾ ਵਾਹ ਖਾ ਲੈ ਨਹੀਂ ਤਮਾਕੂ ਵਿੱਚ ਮਿਲਾ ਕੇ ਖੀਰਾ ਖਾ ਲੈ ਨਹੀਂ ਖਾ ਲੈ ਨਹੀਂ ਓਏ ਹੋਏ ਹੋਏ ਕਲਮ ਬਹੁਤ ਮੇਰੀ ਕਲਮ ਆ ਐ ਜੰਦੀ ਐ ਦੇਖੀ ਐ ਚੱਲੂਗੀ ਐ ਚਲਦੀ ਮੇਰੀ ਕਲਮ ਅੱਛਾ ਐ ਕਿੱਥੋਂ ਦੀ ਜਾਂਦੀ ਐ ਇਹ ਪਤਾ ਨਹੀਂ ਜੋਧਪੁਰ ਤੋਂ ਨਿਕਲੀ ਐ ਅੱਛਾ ਚੰਡੀਗੜ੍ਹ ਹਿਮਾਚਲ ਜਾ ਕੇ ਰੁਕੂਗੀ ਰਾਜਸਥਾਨ ਚ ਰੋਕ ਲੈ ਨੀ ਰੋਕ ਜਿੱਥੇ ਰੋਕਣੀ ਰੋਕ ਲੈ ਰਾਜਸਥਾਨ ਤੋਂ ਸੁੱਧੇ ਪੜਾ ਉਹ ਰੋਕ ਲੈ ਪਾਕਿਸਤਾਨ ਚ ਨਾ ਬਾੜਦੀ ਤੂੰ ਮਾਮਾ ਹੈ ਆ ਗਈ ਪੁੱਠੀ ਉਹੀ ਗੱਲ ਫਿਰ ਕਲਮ ਦਾ ਖਾਨੇ ਬਾਈ ਕਲਮ ਦੀ ਖੱਟੀ ਕਲਮ ਮੇਰੇ ਆਪਾਂ ਹੈ ਆਪਾਂ ਕਲਮ ਦਾ ਨਹੀਂ ਸ਼ਹਿਰ ਹੈ ਕਲਮ ਮੇਰੇ ਰਗ ਰਗ ਚ ਵਸੀ ਐ ਹਮ ਨਸ ਨਸ ਪੜ ਕੇ ਦੇਖ ਲੈ ਮੇਰੀ ਆਹ ਕਲਮ ਨਿਕਲੂਗੀ ਕਲਮ ਦਾ ਕਮਾਈ ਮੇਰੀ ਲੋਟਾਂ ਨਾਲ ਭਰਦੇ ਕੋਠੇ ਓਏ ਹੋਏ ਹੋਏ ਹੋ ਕੀ ਬਾਤ ਹੈ ਇਹ ਵੀ ਇੱਕ ਸ਼ਾਇਰੀ ਹੋ ਗਈ ਹੈ ਕਮਲ ਦੀ ਆ ਜਾ ਕਮਲ ਦੀ ਕਹਿਣ ਲੱਗੇ ਕਲਮ ਦੀ ਕਮਾਈ ਮੇਰੀ ਨੋਟਾਂ ਨਾ ਭਰਤੇ ਕੋਠੇ ਓਏ ਹੋਏ ਹੋਏ ਰਿਸ਼ਤੇਦਾਰਾਂ ਦੇ ਤਾਣੇ ਸੁਣ ਸੁਣ ਕੇ ਕਲਮ ਚਲਾਈ ਸੀ ਰਿਸ਼ਤੇਦਾਰਾਂ ਦੇ ਤਾਣੇ ਸੁਣ ਸੁਣ ਕੇ ਕਲਮ ਚਲਾਈ ਸੀ ਅਹਿਆ ਫੇਰ ਜਾ ਕੇ ਮੇਰੇ ਰਗ ਰਗ ਵਿੱਚ ਕਲਮ ਦੌੜੀ ਹੈ ਆ ਕਲਮ ਨੂੰ ਤੂੰ ਕੀ ਕਹੇਗਾ ਇਹ ਕਲਮ ਨੂੰ ਇਹ ਮੇਲਾ ਦਾ ਲੋਈ ਦੀ ਕਲਮ ਹੈ ਯਾਰ ਇਹਨੂੰ ਪੈਸਾ ਪੂਰੀ ਰੂਪ ਨਾ ਦੇ ਇਹਨੂੰ ਬੇਰੁਪਈਆ ਹੈ ਬੇਰੁਪਈਆ ਬੇਰੁਪਈਆ ਕਲਮ ਹੈ ਇਹ ਕਲਮਾਂ ਦਾ ਮੁੱਲ ਹੈ ਇੱਥੇ ਕਲਮਾਂ ਦੀ ਤੋੜਨੀਗੀ ਕਲਮਾਂ ਦੀ ਥੋੜਨੀ ਕਲਮ ਦਾ ਪਿਆਸਾ ਮੈਂ ਖੂਨ ਦਾ ਪਿਆਸਾ ਮੇਰੇ ਕਲਮ ਇਹ ਜਜ਼ਬਾਤ ਆ ਮਤਲਬ ਇੱਕ ਸ਼ਾਇਰ ਦੇ ਸ਼ਾਇਰ ਦੇ ਜਜ਼ਬਾਤ ਤੂੰ ਸਮਝ ਗਿਆ ਯਾਰ ਬਾਈ ਯਾਰ ਮੈਨੂੰ ਪਹਿਲਾ ਬੰਦਾ ਮਿਲਿਆ ਕਦਰ ਕਦਰਦਾਨ ਆ ਇਹ ਕਦਰ ਕਰੇ ਉੱਪਰਲਾ ਕੋਠਾ ਤੇਰੇ ਲਈ ਭਰਿਆ ਪੈ ਨੋਟਾਂ ਜਿਹੜੀ ਮੇਰੀ ਕਲਮ ਦੀ ਕਦਰ ਕਰੂਗਾ ਉਹੀ ਮੇਰੇ ਨੋਟਾਂ ਦਾ ਕੋਠਾ ਲਜਾਊਗਾ ਬਸ ਉਹੀ ਤਾਂ ਗੱਲ ਆ ਨਾ ਇੱਕ ਇੱਕ ਜਿਹੜਾ ਅਸੀਂ ਖਾਨਦਾਨੇ ਸ਼ਾਇਰ ਆ ਤੂੰ ਮੈਨੂੰ ਖਰੀਦਣਾ ਹੈ ਨਹੀਂ ਨਹੀਂ ਇਹ ਯਾਰ ਇਹ ਬੰਦਾ ਵੜਾਏਗਾ ਤੇਨੂੰ ਲਾਲਚ ਹੋ ਗਿਆ ਮੇਰੇ ਉਧਰਲਾ ਕੋਠਾ ਭਰਿਆ ਤੂੰ ਮੈਂ ਤੈਨੂੰ ਕਿਹਾ ਤੂੰ ਨਾਲ ਦੀ ਨਾਲ ਹੀ ਤੂੰ ਤੂੰ ਆਪ ਦੀ ਸ਼ਾਇਰ ਦੀ ਵਿੱਚ ਆਪ ਦੀ ਗਿਣਤੀ ਕਰਾਤੀ ਖੁਰਕ ਕਰ ਲੈਂਦਾ ਮੈਨੂੰ ਇੱਕ ਵਾਰ ਤੂੰ ਵਿੱਚ ਗਿਣਤੀ ਕਰਾਈ ਬਾਬਾ ਜੀ ਤੂੰ ਮੇਰਾ ਕੋਠਾ ਖਾਲੀ ਕਰਨਾ ਚਾਹੁੰਦਾ ਹੈ ਕ੍ਰਿਸ਼ਨ ਤੂੰ ਗੋਲੀਆਂ ਵੇਚਦਾ ਹੈ ਓ ਮਾਈ ਗੋਡ ਤੂੰ ਵੇਚਦਾ ਗੋਲੀਆਂ ਤੂੰ ਮੰਨ ਜਾ ਮੇਰੀ ਕਲਮ ਦਾ ਮੁੱਲ ਤੂੰ 325 ਰੁਪਏ ਕਿਉਂ ਲਾਇਆ ਕੀ ਹੋੜੇ ਮੈਂ ਤੈਨੂੰ ਕਹਿਣਾ ਕੁਝ ਹੋਰ ਚੱਲ ਰਿਹਾ ਸੀ ਤੁਸੀਂ ਸ਼ਾਇਰ ਸਾਹਿਬ ਗੱਲ ਕਿਦਰੀ ਹੋਰ ਲੈਗੇ ਤੁਸੀਂ ਥੋੜੀ ਕਲਮ ਸੁਣਾਓ ਥੋੜੀ ਕਲਮ ਸੁਣਾਓ ਜਜ਼ਬਾਤ ਜਜ਼ਬਾਤ ਅੱਜ ਕਵੀਆਂ ਦੀ ਲੜਾਈ ਹੋ ਜਾਣੀ ਕਲਮ ਸੁਣਾਓ ਇਥੇ ਇੱਕ ਸ਼ਾਇਰ ਦੇ ਜਜ਼ਬਾਤ ਹੈ ਕਿ ਸ਼ਾਇਰ ਸਮਝਦਾ ਅਸੀਂ ਵੀ ਖਾਨਦਾਨੀ ਸ਼ਾਇਰ ਆ ਮੇਰੇ ਪਾਪਾ ਮੇਰਾ ਦਾਦਾ ਮੇਰਾ ਪਰਦਾਦਾ ਉਹ ਤਾਂ ਡੈੜੀਆਂ ਕਰਦੇ ਸੀ ਵਿਚਾਰੇ ਮੈਂ ਹੀ ਲਿਖਣ ਲੱਗਿਆ ਹਾਂ ਸੁਣਾਓ ਤੁਹਾਡੀ ਕਲਮ ਕਲਮ ਇਹ ਡੈਰੀ ਮੇਰੀ ਤੁਸੀਂ ਪੜ ਕੇ ਤੁਸੀਂ ਲੋਕਾਂ ਨੂੰ ਮੇਰੀ ਕਲਮ ਸੁਣਾਤੀ ਇਹ ਮੇਰੀ ਸੀ ਡੈਰੀ ਅੱਛਾ ਯਾਰ ਯੈਸ ਯਾ ਫਿਰ ਮੇਰੀ ਕਲਮ ਕਿਹੜੀ ਸੀ ਦੋਸ਼ੀ ਕੌਣ ਕਹਿੰਦਾ ਲੱਗਦਾ ਮੇਰੇ ਖੂਨ ਚ ਹੀ ਵੜੀ ਪਈ ਮੇਰੀ ਕਲਮ ਮੈਨ ਮਾਇਆ ਕੱਢਣੀ ਪੈਣੀ ਹੈ ਆ ਦੇਖ ਆ ਜਾ ਰਹੀ ਹੈ ਆ ਜਾ ਰਹੀ ਹੁਣ ਮੋਰਾ ਦੇ ਕੇ ਕੱਢ ਲੈਣ ਜਾਰੀ ਹੈ ਰੋਕ ਲਾ ਹੁਣ ਇਹ ਮੇਰੇ ਅਮ ਅੱਜ ਹੀ ਲਿਖਿਆ ਹੈ ਸ਼ਾਇਰ ਆਜ਼ਾਦ ਕੀਤਾ ਹੈ ਨਜ਼ਰ ਨਹੀਂ ਆ ਰਿਹਾ ਕੁਝ ਚਟਾ ਸ਼ਾਇਰ ਕਹਿੰਦੇ ਨੇ ਚਟਾ ਸ਼ਾਇਰ ਦਿਸਦਾ ਨਹੀਂ ਅਸਾ ਯਾਰ ਆਮ ਬੰਦੇ ਦੇ ਵਾਸਤੇ ਬਾਰਾ ਮਤਲਬ ਗਾਂ ਉੱਤੇ ਦਿਖਣਾ ਤੰਗ ਨਹੀਂ ਯਾਰ ਪਲੇਟ ਭਰੀ ਬਿਸਕੁਟ ਕੀ ਖਾਤੀ ਕਿਉਂ ਨਹੀਂ ਓਏ ਹੋਏ ਹੋਏ ਵੀ ਮਤਲਬ ਸ਼ਾਇਰ ਕਹਿਣਾ ਚਾਹੁੰਦਾ ਵੀ ਬਿਸਕੁਟ ਦੀ ਪਲੇਟ ਹੈ ਭਰੀ ਵੀ ਆ ਉੱਚਣੇ ਵੀ ਆ ਬਿਸਕੁਟ ਤੇ ਐ ਮਨਿੰਦਰ ਜੀ ਤਾ ਲੱਡੂ ਨਹੀਂ ਪੰਦੇ ਲਾਸਟ ਤੱਕ ਆ ਟੀਸੀ ਲਈ ਉਵੇਂ ਪਿਆ ਬਿਸਕੁਟ ਮੈਂ ਖਾਂਦੀ ਨਹੀਂ ਯਾਰ ਕਿੱਡੀ ਵਾ ਇਤਰਾਸ ਦੀ ਯਾਰ ਮੈਂ ਹੋਂ ਮਤਨ ਸੱਚੀ ਵਾ ਇੱਕ ਪਲੇਟ ਇੱਕ ਬਿਸਕੁਟ ਨਾ ਛੱਡਾਂ ਹਾਂ ਸਾਰੇ ਖਾ ਜਾਂ ਉਹ ਤਾਂ ਮੈਨੂੰ ਪੜ ਅੱਗੇ ਪੜ ਤੁਹਾਡੇ ਭੁੱਖੜਾਂ ਦੇ ਖਾਨਦਾਨ ਦਾ ਮੈਂ ਚੰਗੀ ਤਰ੍ਹਾਂ ਵਾਕਿਫ ਹਾਂ ਪਲੇਟ ਭਰੀ ਬਿਸਕੁਟ ਕਿ ਖਾਤੀ ਕਿਉਂ ਨਹੀਂ ਖਾਤੀ ਕਿਉਂ ਨਹੀਂ ਉਹਨੂੰ ਚਾਹ ਐ ਨਾ ਆਪਦੇ ਮਾਹੀ ਨਾਲ ਮੇਡਨ ਦਾ ਭੁੱਖੇ ਲੱਗਣ ਯਾਰ ਆ ਤਾ ਯਾਰ ਤੂੰ ਮੇਰੀ ਜਾਨ ਹੀ ਕੱਢ ਲਈ ਯਾਰ ਫਤਿਹ ਬਾਈ ਇਹ ਵੀ ਹੋ ਸਕਦੇ ਹੋ ਕਰੋ ਕੁਝ ਖਾ ਕੇ ਹੋਵੇ ਬਾਲੇ ਜਜ਼ਬਤੀ ਨਾ ਯਾਰ ਤੂੰ ਮੇਰੀ ਜਾਨ ਕੱਢ ਲਈ ਯਾਰ ਆ ਕਲਮ ਖਹਿ ਕੇ ਨਾ ਮੈਨੂੰ ਮਾਰਤਾ ਯਾਰ ਮੈਨੂੰ ਲੱਗਦਾ ਮੈਂ ਮਰ ਗਿਆ ਯਾਰ ਹੈ ਮੈਨੂੰ ਲੱਗਦਾ ਮੈਂ ਮਰ ਗਿਆ ਬਸ ਸਾਹ ਹੀ ਚੱਲੀ ਜਾਂਦੇ ਆ ਆ ਕਲਮ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਸੁਣਾਈ ਤੂੰ ਮੇਰੀ ਸਾਰੀ ਦੌਲਤ ਲੈ ਜਾ ਓਏ ਹੋਏ ਹੋਏ ਅੱਗੇ ਸੁਣ ਹਾਂ ਕਹਿੰਦਾ ਜਦ ਮੈਂ ਅੱਛਾ ਛੋਟਾ ਬੱਚਾ ਥਾ ਹਾਂ ਵੇਖੋ ਅੱਛਾ ਕਦੇ ਜਜ਼ਬਾ ਦੇ ਕੋਲ ਮੈਂ ਛੋਟਾ ਹੁੰਦਾ ਜਵਾਬ ਹੁੰਦਾ ਸੀ ਹਾਂ ਜਦੋਂ ਮੈਂ ਛੋਟਾ ਹਾਂ ਜਦੋਂ ਮੈਂ ਛੋਟਾ ਬੱਚਾ ਥਾ ਹਾਂ ਐਡਾ ਹਾਂ ਬੋਲਦਾ ਵੀ ਨਹੀਂ ਸੀ ਨਾ ਰੋੜਦਾ ਸੀ ਨਾ ਖਾਂਦਾ ਸੀ ਨਾ ਪੀਂਦਾ ਸੀ ਬਚਪਨ ਦੀ ਗੱਲ ਕੀਤੀ ਯਾਰ ਕੀ ਗੱਲ ਕੀਤੀ ਯਾਰ ਹਾਸਾ ਹੀ ਆ ਗਿਆ ਫੈਂਚੇ ਹਾਸਾ ਹੀ ਆ ਗਿਆ ਸਾਰੀ ਹਾਸੀ ਐਡੀ ਵਟੀ ਗੱਲ ਯਾਰ ਬਚਪਨ ਦੀ ਗੱਲ ਬਚਪਨ ਦੀ ਗੱਲ ਤੋਂ ਮੈਂ ਤਾਂ ਸਾਰਾ ਹਾਸਾ ਹੀ ਨਹੀਂ ਰਿਹਾ ਕਹਿੰਦਾ ਬਚਪਨ ਵਰਗੀ ਮੌਜ ਦਿਮਾਗ 'ਚ ਸ਼ਾਇਰ ਇਹ ਆਪਣੇ ਬਹੁਤ ਉੰਦਾ ਸ਼ਾਇਰ ਹੋਇਆ ਆਪਣੇ ਮਾਨਕ ਸਾਹਿਬ ਗਰਦਾਸ ਮਾਨ ਗਰਾਸ ਮੜਕ ਸਾਬ ਆਪਣੇ ਹਾਂ ਉਹਨਾਂ ਦੀ ਸ਼ਾਇਰੀ ਹੈ ਕਹਿੰਦਾ ਬਚਪਨ ਵਰਗੀ ਮੋਹ ਜਿਨੀ ਲੱਭਣੀ ਰਸਤਾ ਤੈਨੂੰ ਅੱਜ ਆਪਣੀ ਲੜਾਈ ਹੋ ਜਾਣੀ ਇੱਥੇ ਖੂਨ ਖਰਾਬੇ ਹੋ ਜਾਣੇ ਐ ਇੱਥੇ ਬਾਈ ਨਦੀਆਂ ਚੱਲਣਗੀਆਂ ਤਲਵਾਰਾਂ ਚੱਲਣਗੀਆਂ ਇੱਥੇ ਪਿਸਤੌਲ ਚੱਲਣਗੇ ਹੈ ਹਾਂ ਚਲੋ ਫਿਰ ਆਪਾਂ ਹਾ ਹਾ ਆ ਗਿਆ ਭੈंती ਯਾਰ ਆਪਾਂ ਐ ਕਰਦੇ ਹਾਂ ਤੁਸੀਂ ਘਾਰੇ ਸੁਣਾ ਦੇ ਕੱਢ ਲਾ ਉਹ ਬਰੂਦ ਮੈਂ ਗਾਣਾ ਨਾ ਬਰੂਦ ਕੱਢੂ ਅੱਜ ਨਹੀਂ ਨਹੀਂ ਸੁਣਾ ਮੈਂ ਬਥੇਰਾ ਮੈਂ ਸੁਣਿਆ ਦਿਲ ਦੀ ਦੀਵਾਰ ਤੋੜ ਕੇ ਗੌਰ ਕਰੀ ਮੜਿਆ ਕੀਤੇ ਪਈ ਕਿਦਾਂ ਮੈਂ ਦੇ ਪਰੋਇਆ ਪਿਆ ਇੱਕ ਇੱਕ ਸ਼ਬਦ ਭਾਈ ਇੱਕ ਇੱਕ ਸ਼ਬਦ ਪਰੋਇਆ ਪਿਆ ਦਿਲ ਦੀ ਦੀਵਾਰ ਤੋੜ ਕੇ ਫਿਕੇ ਸ਼ਰ ਆ ਮਤਲਬ ਤੁਹਾਨੂੰ ਨਹੀਂ ਕਹਿ ਰਿਹਾ ਵੀਰੇ ਪਿਸਤੌਲ ਨਾ ਕੱਢੋ ਆਦਾ ਦਿਲ ਦੀ ਦੀਵਾਰ ਤੋੜ ਕੇ ਆਇਆ ਤੈਨੂੰ ਲੈ ਜਾ ਕਿਤੇ ਸੋਹਣੀਏ ਬਿਠਾ ਕੇ ਇਹ ਤੁਸੀਂ ਉਹਦੇ ਤੋਂ ਇਨਸਪਾਇਰ ਹੋ ਵੀ ਤੈਨੂੰ ਲੈ ਜਾ ਰੁੰਤੀ ਨੂੰ ਸੋਹਣੀ ਕਾਰੀ ਬਣਾ ਲੈ ਸਭ ਪਤਾ ਮੈਨੂੰ ਤੁਸੀਂ ਕਾਪੀਆਂ ਮਾਰਦੇ ਹੋ ਆਪਕ ਮੇਰੇ ਗੁਰੂ ਆਹੋ ਤੇ ਗੁਰੂ ਦਾ ਕੰਟੈਂਟ ਵਿੱਚ ਹੋਗੇ ਤੁਸੀਂ ਗੁਰੂ ਨੇ ਗੱਦਾਰੀ ਜੇਸਥਾ ਲਈ ਮ ਖਾਇੋ ਸੀ ਮੇਂ ਛੇਦ ਇਹ ਹੁਣ ਲੋਡ ਐ ਇਹ ਚੀਜ਼ ਐ ਜਿਹੜੀ ਨਾ ਤੂੰ ਭਰ ਕੇ ਤੂੰ ਲੋਡ ਰੱਖੇ ਗਨ ਨਹੀਂ ਹਾਂ ਜਾਂਦੀ ਗੋਲੀਆਂ ਨੂੰ ਵੈਰੀ ਸੀਨਾ ਚੀਰਦੀ ਓਏ ਹੋਏ ਹੋਏ ਕਲਮ ਦਾ ਮੋਲ ਐ ਗੋਲੀ ਨਹੀਂ ਚਲਾਉਣੀ ਸੀ ਨਹੀਂ ਇਹ ਮੈਂ ਤੇਰੀ ਛਾਤੀ ਚ ਮਾਰਨੇ ਸੇ ਜੇ ਸਾਬ ਦਾ ਤੂੰ ਪਹਿਲਾ ਸ਼ੇਰ ਸੁਣਾਇਸ ਮੈਂ ਪਰ ਹੁਣ ਮੈਂ ਪਰਾਂ ਖੜਦਾ ਕਲਮ ਦਾ ਮੋਲ ਪਾਇ ਬਹਿਰੀਆਂ ਦੀ ਛਾਤੀ ਤੂੰ ਚ ਤੀਰਦਾ ਫਿਰੇ ਹਾਂ ਬਹਿਰੀਆਂ ਦੀ ਛਾਤੀ ਤੂੰ ਤਾਂ ਚੀਰਦਾ ਫਿਰੇ ਓਏ ਹੋ ਮੇਰੇ ਗਾਲਾਂ ਲੱਗ ਜਾਂ ਲੱਗ ਜਾ ਯਾਰ ਬਹਿਜਾ ਅੱਜ ਤਾਂ ਲੱਗ ਗਿਆ ਬੁੱਕੀ ਦੇ ਮਨ ਬੁੱਕੀ ਦੇ ਨਹੀਂ ਓ ਯਾਰ ਨਿੰਬੂ ਖਾਦਾ ਸੀ ਕੀ ਖਾਦਾ ਐ ਇਹ ਕ ਮੇਰਾ ਹੀ ਖੱਟਾ ਸੀ ਆਹ ਮੈਨੂੰ ਨ ਉਲਟੀ ਆਉਂਦੀ ਮੈਂ ਆਉਣਾ 1 ਮਿੰਟ ਹੈ ਜਾਇਆ ਉਲਟੀ ਆਈਂਦੀ ਬਲ ਉਲਟੀ ਜੀ ਕਾ ਪਹਿਲਾ ਕੇੰਦਰਾ ਯਾ ਲੱਗਦਾ ਮੈਂ ਉਲਟੀ ਕਿਉਂ ਆ ਗਈ ਭਾਈ ਉਹਨੂੰ ਯਾਰ ਮੈਨ ਲੱਗਦਾ ਨਾ ਮਨਾ ਹੈ ਨਹੀਂ ਥੜਾ ਮੇਰਾ ਅਮੜਾ ਨਾ ਆਇਆ ਮੈਂ ਯਾਰ ਭਾਈ 45 ਦਿਨ ਹੋ ਗਏ ਮੈਂ ਚ ਮਿਲ ਗਿਆ ਦਿਲਨ ਤਾਂ ਕਿ ਮੈਂ ਮਰ ਗਿਆ ਬੰਦਾ ਯਾਰ